ਲੋਕ ਲਾਤਾ ਚਲੋ ਕੋਰ ਤੇ ਕਿੱਥੇ ਸ਼ੀਸ਼ਾ ਵਹਿ ਗਿਆ। ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਬੈਕ ਟੂ ਮਾਈ ਨਿਊ ਬਲੌਗ ਤੇ ਜੀ ਆਇਆਂ ਨੂੰ ਜੀ ਸਵਾਗਤ ਆ ਸਾਰਿਆਂ ਦਾ ਨਵੇਂ ਬਲੌਗ ਦੇ ਵਿੱਚ। ਤੇ ਗੱਗੂ ਭਾਈ ਸਾਹਿਬ ਪਿੱਛੇ ਛੋਟਾ ਜਿਹਾ ਆਪਣਾ 3.5 ਲੀਟਰਾਂ ਦਾ ਕੈਂਪਰ ਤਾਂ ਸੱਚ ਮੇਰੇ ਹੱਥ 'ਚ, ਤੇ ਗੱਗੂ ਚਾਬੀ ਪਾਨਣ ਵਾਲਾ ਝੋਲਾ ਚੱਕੀ ਆਉਂਦੇ, ਤੇ ਗੱਭਰੂ ਦੇ ਮੋਢੇ 'ਤੇ ਟੰਗੀ ਹੋਈ ਢੋਲੀ ਦੱਸਦੀ ਹੈ ਕਿ ਸਪਰੇਅ ਛਿੜਕਣਗੇ ਚੋਬਰ ਝੋਨੇ 'ਤੇ। ਅਤੇ ਥੋੜ੍ਹੀਆਂ ਰਹਿੰਦੀਆਂ ਸੀ 3000 ਘਟੋਲੀਆਂ 2 ਕਿੱਲੇ। ਅਤੇ ਬਾਕੀ ਅੱਗ ਕੱਢੀ ਹੋਈ ਆ ਸੂਰਜ ਨੇ ਭਾਈ, ਅਤੇ ਸਮਾਂ ਸਵੇਰੇ ਦੇ 9 ਵਜੇ ਮੋਟਰ ਚੱਲੀ ਜਾਂਦਾ, ਫਿਲਟਰ ਵੀ ਚਲਾ ਕੇ ਸੀ ਗੱਗੂ ਅਤੇ ਪਾਪਾ ਪਹਿਲਾਂ। ਅਤੇ ਸਾਹਮਣੇ ਭਾਈ ਸਾਹਿਬ ਆਪਣੇ ਖੇਤ ਦੇ ਗਵਾਂਢੀ ਬਿੰਦਰ ਸਿੰਘ ਜੀ, ਕੀ ਹਾਲ ਆ ਬਾਈ? ਅਤੇ ਮਾਰ ਰਿਹਾ ਗੇੜੇ 'ਤੇ ਝੋਨਿਆਂ 'ਚ ਪਾਣੀ ਛੱਡਿਆ ਹੋਇਆ, ਵਧੀਆ ਸਿਹਤ ਆ? ਵਧੀਆ ਨਰਮਾ ਨਰਮਾ ਬਹੁਤ ਆਹ ਕਿਉਂ ਬਾਤ ਆ ਯਾਰ? ਮਾੜਾ ਸੀ, ਵਧੀਆ ਸੀਗਾ ਯਾਰ, ਕੱਲ੍ਹ ਹੀ ਆ ਗਿਆ ਮੈਂ ਇੱਧਰ ਸਾਹਮਣੇ ਵਾਲਾ, ਇੱਧਰ ਬਾਤ ਆ ਸੀਗਾ ਮੈਨੂੰ। ਠੀਕ ਆ, ਉਹ ਬਾਤ ਆ ਇੱਧਰ ਤਾਂ ਮੈਂ ਸੋਹਣਾ ਖੜਾ ਗਾ। ਅਤੇ ਠੀਕ ਆ ਭਾਈ, ਅਤੇ ਸਾਡੇ ਦੁੱਖ ਸੁੱਖ ਨਰਮੇ ਵਾਲਿਆਂ ਦੇ, ਆਹ ਨਰਮੇ ਦੇਖ ਲਓ, ਇਹ ਗਵਾਂਢੀਆਂ ਦਾ ਹੈਗਾ। ਅਤੇ ਜਦੋਂ ਇਹ ਹੁੰਦਾ ਨਹੀਂ ਦੇਖਦਾ, ਤਾਂ ਫਿਰ ਹੁਣ ਸਾਰਿਆਂ ਨੇ ਸੰਭਾਲ ਵੀ ਛੱਡਤੀ ਆ, ਅਤੇ ਪੱਤੇ ਪੁੱਤੇ 'ਤੇ ਇਹੋ ਜਿਹਾ ਹਾਲ ਹੋ ਰਿਹਾ, ਕਾਲੇ ਪੀਲੇ ਹੋਏ ਪਏ ਨੇਗੇ। ਅਤੇ ਬਾਕੀ ਭਾਈ ਵਿਜੇਂਦਰ ਸਿੰਘ ਜੀ, ਝੋਨਾ ਤਾਂ ਚੰਗਾ? ਝੋਨਾ ਚੰਗਾ, ਸੂਰਜ ਵਧੀਆ? ਸੂਰਜ ਵਧੀਆ, ਅੱਗ ਕੱਢਦਾ ਪੂਰੀ ਅੱਗ ਕੱਢਦਾ। ਚੱਲ ਨੱਕਾ ਬਦਲਣਾ ਸੀ ਯਾਰ, ਜਾ ਕੇ ਬਦਲ ਨਹੀਂ, ਪੁੱਛ ਲੈ ਕਿਹੜਾ ਬਦਲਣਾ ਗਾ। ਅਤੇ ਚਲੋ ਬਾਕੀ ਤੁਹਾਨੂੰ ਦਿਖਾਉਣੇ ਅੱਜ ਦਾ ਕਾਰੋਬਾਰ ਕੀ ਕਰਦੇ ਹਾਂ, ਅਤੇ ਬਣੇ ਰਹੋ ਬਲੌਗ ਦੇ ਨਾਲ ਐਂਡ ਤੱਕ, ਅਤੇ ਕਰਾਂਗੇ ਸਾਰੇ ਦੁੱਖ ਸੁੱਖ ਸਾਂਝੇ ਆਪਾਂ। ਸ਼੍ਰੀਮਾਨ ਫੀਟਰ ਸਿੰਘ ਜੀ ਹੋਰੇ ਵੀ ਚੱਲੀ ਜਾਂਦੇ ਆ, ਅਤੇ ਉੱਧਰ ਮੋਟਰ ਕੌਰ ਵੀ ਚੱਲੀ ਜਾਂਦੀ ਆ ਭਾਈ, ਲਾਈਟ ਹੈਗੀ ਆ, ਅਤੇ ਪਾਣੀ ਪੀਣ ਵਾਲਾ ਥੋੜ੍ਹਾ ਜਿਹਾ ਆਪਣਾ, ਅਤੇ ਬਾਕੀ ਉਹ ਬੈਠਣ ਵਾਲਾ ਸਥਾਨ ਆਪਣਾ, ਅਤੇ ਆਪਣਾ ਹੋ ਬੈਂਡ ਜਿਹਾ ਜੇ ਲਾਉਣ ਵਾਲਾ ਰਹਿੰਦਾ ਸਕਰੂ, ਅੱਜ ਉਹਤੇ ਲਾਉਣੇ ਆ ਪਹਿਲਾਂ ਪਾਣੀ ਵਾਲਾ ਨੱਕਾ ਬਦਲਾਈਏ। ਸਵੇਰੇ ਸਵੇਰੇ ਹੀ ਜਮਾਂ ਹੀ ਅੱਗ ਲਾ ਦੀ ਸੂਰਜ ਨੇ, ਜਮਾਂ ਹੀ ਮੈਂ ਕਿਹਾ ਜਮਾਂ ਸੇਕ ਹੀ ਨਿਕਲ ਜਾਂਦੇ, 10 ਵਜੇ ਦਾ ਟਾਈਮ ਆ, ਅਤੇ ਪਹਿਲੀ ਢੋਲੀ ਭਰ ਕੇ ਆਪਾਂ ਅੱਜ ਦੇ ਦਿਨ ਦੀ ਪੋਣੀ ਕਰ ਲਈ ਅੱਜ ਦੇ ਕੰਮ ਦੀ। ਅਤੇ ਗੱਗੂ ਉੱਧਰ ਉੱਥੇ ਪੌਦ ਵਾਲੇ ਥਾਂ 'ਤੇ ਪਨੀਰੀ ਵਾਲੇ ਥਾਂ 'ਚੋਂ ਇੱਟਾਂ ਚੱਕੀ ਜਾਂਦਾ, ਅਤੇ ਮੋਟੇ ਮੋਟੇ ਕੰਮ ਜੇ ਕਰ ਲਿਆ ਗੱਗੂ ਨੂੰ, ਮੈਂ ਘੰਟਾ ਕਿਤੇ ਉਸ ਤੋਂ ਬਾਅਦ ਤਾਂ ਜਾਵਾਂ, ਖੜ੍ਹ ਨਹੀਂ ਜਾਣਾ ਰੱਬ ਨੇ ਧੁੱਪ 'ਚ। ਅਤੇ ਆਪਣੇ ਕੋਲ ਵੀ 3-4 ਘਟੋਲੀਆਂ ਦਾ ਕੰਮ ਆ, ਕਰ ਲਈ ਉਹਨੇ, ਅਤੇ ਫਿਰ ਉੱਥੇ ਆਪਣੇ ਸਵਿਮਿੰਗ ਪੂਲ 'ਚ ਨਹਾਈ ਧੋਈ ਕਰਾਂਗੇ। 4 ਘਟੋਲੀਆਂ ਛਿੜਕੀਆਂ, ਜਮ੍ਹਾਂ ਪਾਲਾ ਲੱਗਣ ਲੱਗ ਗਿਆ, ਠੰਡ ਬਾਹਲੀ ਆ ਅਗਸਤ ਦੇ ਮਹੀਨੇ, ਐਨੀ ਠੰਡ ਕਿੱਥੋਂ ਆਈ ਹੈ ਇਹ ਤਾਂ ਇਸ ਬਾਰੇ ਤਾਂ ਮਾਲਕ ਹੀ ਦੱਸਣਗੇ। ਅਤੇ ਗੱਗੂ ਸਾਡਾ ਇੱਧਰ ਅੱਗ ਮਚਾਉਣ ਦਾ ਇੰਤਜ਼ਾਮ ਕਰ ਰਿਹਾ, ਹੁਣ ਬੈਠ ਕੇ ਦੋਵੇਂ ਸੇਕਾਂਗੇ ਅਸੀਂ ਇੱਥੇ। ਹਾਂ ਗੱਗੂ ਤਿਆਰ ਹਾਂ? 4 ਘਟੋਲੀਆਂ ਛਿੜਕੀਆਂ ਸਪਰੇਅ ਦੀਆਂ, ਜਮ੍ਹਾਂ ਪਾਲਾ ਲੱਗਣ ਲੱਗ ਗਿਆ, ਇੰਨੀ ਠੰਡ ਕਿੱਥੋਂ ਹੋਈ ਅਗਸਤ ਦੇ ਮਹੀਨੇ, ਅਤੇ ਇਸ ਬਾਰੇ ਤਾਂ ਮਾਲਕ ਹੀ ਦੱਸਣਗੇ। ਅਤੇ ਗੱਗੂ ਸਾਡਾ ਇੱਧਰ ਪਾਲ ਰਿਹਾ ਤੂੰ ਹੀ, ਅਤੇ ਬੈਠ ਕੇ ਹੁਣ ਅਸੀਂ ਸੇਕਾਂਗੇ, ਅਤੇ ਠੰਡ ਚੜੀ ਜਾਂਦੀ ਆ। ਪਾਲੇ ਮਰ ਗਏ ਸੀਗੇ 4 ਘਟੋਲੀਆਂ ਕਰਕੇ, ਅਤੇ ਹੁਣ ਮੁੰਡਰਾ ਹੱਥ ਕੀ ਸਾਂਸ ਮਿਲੀ ਆ, ਡੱਬੀ ਦੂਰ ਕਰ ਮੱਚੂਗੀ। ਹਾਂ 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 ਹੁਣ ਅਸਲੀ ਜਿਹੜਾ ਕੰਮ ਹੈਗਾ ਆ ਅੱਗ ਮਚਾਉਣ ਦਾ ਸਾਡਾ, ਅਸੂਰਾ ਤੱਤਾ ਕਰਕੇ ਪੂਰਾ ਗਰਮ ਕਰਕੇ, ਬਿਜਲੀਆਂ ਆ ਕੇ ਇਹੋ ਜਿਹਾ ਬੈਂਡ ਇੱਥੇ ਲਾਵਾਂਗੇ, ਅਤੇ ਸਕਰੂ ਲਾ ਕੇ ਪੱਕਾ ਕੰਮ ਕਰਾਂਗੇ, ਫਿਰ ਖਾਲ ਉੱਤੇ ਲੰਘਾਉਣੇ ਹੁੰਦੇ ਆਪਾਂ ਪਾਣੀ, ਅਤੇ ਫਿਰ ਕੋਈ ਦਿੱਕਤ ਨਹੀਂ ਆਉਂਦੀ, ਇੱਕ ਬੰਦਾ ਰੱਖ ਕੇ ਪੈ ਫਿਰ ਵਗ ਜਾਂਦਾ ਆਰਾਮ ਨਾਲ। ਹੁਣ ਅਸੀਂ ਸੇਕਦੇ ਹਾਂ ਅੱਗ, ਤੁਸੀਂ ਇੰਜੋਏ ਕਰੋ ਬਲੌਗ। ਕਰ ਦੋ ਬਸ, ਹੋ ਜਾ ਹੋ ਜਾ ਹੋ ਜਾ ਗਰਮ ਹੋ ਜਾ। ਚੱਲ 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 ਸਕਰੂ ਚੱਕੀ ਅੱਗੂ, ਤੂੰ ਇੱਥੇ ਬੈਠ, ਤੈਨੂੰ ਮੈਂ ਦੁਬਾਰੇ ਲੈਣਾ ਆਉਣਾ ਗਾ, ਪੇਚਕਾ ਵੱਡਾ ਚੱਕ ਇਹ ਨਹੀਂ ਗਾ। ਯੇ ਮਾਤਾ ਦੀ, ਇੰਨਾ ਕੁ ਭਾਈ ਕੰਮ ਸੀ ਜਿਹੜਾ ਅੱਗ ਨਾਲ ਅਸੀਂ ਕਰ ਰਹੇ ਹਾਂ, ਅਤੇ ਸਕਰੂ ਲਾ ਕੇ ਇਹਨੂੰ ਐਂ ਕੰਮ ਤਕੜਾ ਹੋ ਜਾਂਦਾ, ਪਹਿਲਾਂ ਵੀ ਲੱਗੇ ਹੋਏ ਆ, ਇਹ ਖਰਕੇ ਟੁੱਟ ਗਏ ਸੀਗੇ, ਅਤੇ ਇਸ ਰੋਟ ਇਹ ਪੈਪ ਦਾ ਜੋੜ ਪਾਇਆ ਹੋਇਆ, ਡੂਸਰ ਲਾ ਕੇ ਉੱਧਰ 6 ਇੰਚੀ ਆ, ਅਤੇ ਇੱਧਰ 8 ਇੰਚੀ ਹੈਗੀ, ਅਤੇ ਉਹ ਪੈਪ 8 ਇੰਚੀ ਆ, ਫਿਰ
ਉਹਦੇ ਚੜਾਉਣਾ ਪੈਂਦਾ ਇਹ ਤੇ ਇਹਦਾ ਬੈਂਡ ਆ ਪਿਆ ਇਹ ਉਸ ਸਿਰੇ ਤੇ ਚੜਾਉਣਾ ਉੱਤੇ ਵੀ ਐਵੇਂ ਸਕਰੂ ਲਾ ਲਾਂਗੇ ਹੁਣ ਕਰਕੇ ਕੰਮ ਮੁਕੰਮਲ ਫਿਰ ਮਰਵਾਉਂਦੇ ਆ ਝਾਪ ਤੁਹਾਡੀ ਤੇ ਮੇਰਾ ਨਹੀਂ ਵੱਜਦਾ ਤੇਰੇ ਨਹੀਂ ਵੱਜਦਾ ਕਿਉਂ ਟੈਨਸ਼ਨ ਲੈਣਾ ਕੋ ਇਹ ਬਸ ਜ਼ੋਰ ਮੁੱਕ ਗਿਆ ਉਹ ਤੇ ਗੱਟੇ ਗੁੱਟੇ ਵੱਢ ਕੇ ਪੂਰੀ ਤਹਿ ਲਾ ਕੇ ਇਹਦੇ ਵਿੱਚ ਉਹਦੇ ਉੱਤੇ ਚੜਾ ਕੇ ਫਿਰ ਵਿੱਚ ਇਹਨੂੰ ਫਸਾਵਾਂਗੇ ਅਤੇ ਜਮਾਂ ਤੁਬਕਾ ਕੀ ਲੀਕ ਹੋ ਜਾਏ ਕਿਤੇ ਪਹਿਲਾਂ ਵੀ ਐਂ ਲਾਇਆ ਹੋਇਆ ਸ਼ੌਂਕ ਨਾਲ ਪੂਰੀਆਂ ਪੱਟੀਆਂ ਬਣਾ ਕੇ ਇਹਦੀਆਂ ਅਤੇ ਰਬੜ ਘਰੇ ਭੁੱਲ ਆਏ ਸਨ ਇਹਦਾ ਪਲਾਸਟਿਕ ਪਾਈ ਹੁੰਦੀ ਵਿੱਚ ਵਿਚਾਲੇ ਟੂਬ ਕੱਢ ਕੇ ਜਾਵਾਂ ਜ਼ਿੰਦਗੀ ਬਣ ਜਾਂਦੀ ਜਿੰਨਾ ਚਿਰ ਸਕਰੂ ਨਹੀਂ ਯਾਰ ਲੱਗ ਕੇ ਟੁੱਟਦੇ ਉਨਾ ਚਿਰ ਬਸ ਗੱਲ ਬਣੀ ਚੈੱਕ ਬਈ ਅਤੇ ਤੂੰ ਹੀ ਆਪਣੀ ਚੱਲੀ ਜਾਂਦੀ ਆ ਲਗਾਤਾਰ ਰਬੜ ਜੀ ਲਾ ਦੀ ਸੀ ਉਹਦੇ ਅਤੇ ਉਹਨਾਂ ਨੂੰ ਲਪੇਟ ਕੇ ਉੱਤੇ ਚੜਾ ਦਾਂਗੇ ਆਹ ਬੈਂਡ ਵੀ ਹੁਣ ਵਾਰੀ ਆ ਗਈ ਬੈਂਡ ਚੜਾਉਣ ਦੀ ਇਹਨੂੰ ਇੱਥੋਂ ਜਿਹੜਾ ਆਪਾਂ ਵੱਢਿਆ ਇਹ ਟੁਕੜਾ ਆਪਣਾ ਗੱਟੇ ਦਾ ਇਹਨੂੰ ਲਾ ਕੇ ਮੂਹਰੇ ਚੰਗੀ ਤਰ੍ਹਾਂ ਪੂਰੇ ਸ਼ੌਂਕ ਨਾਲ ਲਪੇਟ ਕੇ ਮੇਰਾ ਕੈਮਰਾਮੈਨ ਥੋੜ੍ਹਾ ਬਿਜ਼ੀ ਆ ਅਤੇ ਅਸੀਂ ਬਾਅਦ 'ਚ ਦੋਨੇ ਜਣੇ ਕਸਾਂਗੇ ਇੱਕ ਵਾਰੀ ਦਿਖਾਉਂਦੇ ਹਾਂ ਇਹਨੂੰ ਅਤੇ ਇਹਨੂੰ ਥੋੜ੍ਹਾ ਥੋੜ੍ਹਾ ਇੱਥੋਂ ਅੰਦਰ ਨੂੰ ਮੋੜ ਦੂੰਗਾ ਗੱਟਾ ਦਿੱਕਤ ਤਾਂ ਕੋਈ ਦਿੰਦਾ ਨਹੀਂ ਪਾਣੀ ਲੰਘਣ ਨੂੰ ਤਾਂ ਇਹ ਅੰਦਰ ਨੂੰ ਮੋੜਿਆ ਹੋਇਆ ਬਸ ਇਹਦਾ ਇਹ ਕੰਮ ਆ ਕੇ ਗੱਟਾ ਅੱਗੇ ਨਹੀਂ ਤਾਂ ਕੋਏ ਤੋਂ ਬੈਂਡ ਚੜਾਵਾਂਗੇ ਅਤੇ ਬੈਂਡ ਮਾੜਾ ਜਿਹਾ ਇੱਕ ਵਾਰੀ ਆਪਾਂ ਚੜਾ ਕੇ ਵੇਖ ਲੈਂਦੇ ਹਾਂ ਕੀ ਸਿਸਟਮ ਬਣਦਾ ਆਪਣਾ ਐਂ ਆਪਣਾ ਕੰਮ ਸੂਤ ਆ ਜੂਗਾ ਅਤੇ ਹੁਣ ਇਹ 'ਤੇ ਵੀ ਲਾ ਦਈਏ ਸਕਰੂ ਚੈੱਕ ਵੀ ਇੰਨਾ ਕੰਮ ਸੀ ਕਸਤੇ ਆ ਸਕਰੂ ਇਹਦੇ ਆਪਾਂ ਪਹਿਲਾਂ ਵੀ ਲੱਗੇ ਹੋਏ ਸੀ ਪਹਿਲਾਂ ਖਰਕੇ ਟੁੱਟ ਗਏ ਸੀਗੇ ਅਤੇ ਉੱਥੇ ਵੀ ਲਾਤੇ ਆ ਸਕਰੂ ਅਤੇ ਹੁਣ ਇਹ ਪੈਪ ਇਸ ਕਾਲ ਤੋਂ ਉਸ ਕਾਲ ਤੱਕ ਜਾਂ ਉੱਧਰੋਂ ਇਸ ਕਾਲ ਤੱਕ ਜੇ ਮਰਜ਼ੀ ਤੁਰਿਆ ਜਾਂਦਾ ਬੰਦਾ ਧਰ ਕੇ ਮੁੜ ਜੇ ਕੋਈ ਦਿੱਕਤ ਨਹੀਂ ਹੁਣ ਕਾਫੀ ਟਾਈਮ ਦੇ ਇਹ ਟੁੱਟ ਰਹੇ ਸੀਗੇ ਥੋੜ੍ਹੀ ਘੌਲ ਜਿਹੀ ਹੋ ਜਾਂਦੀ ਸੀ ਰੋਜ਼ ਅਤੇ ਫਿਰ ਕਦੇ ਇੱਥੋਂ ਨਿਕਲ ਜਾਂਦੀ ਸੀ ਕਦੇ ਉੱਥੋਂ ਨਿਕਲ ਜਾਂਦੀ ਸੀ ਹੁਣ ਪੱਕਾ ਇੰਤਜ਼ਾਮ ਹੋ ਗਿਆ ਇਹਦਾ ਕਿਉਂ ਗਾਗੂ ਵਾਗੋ ਵਾਗਾਂ ਅਤੇ ਸੇਕ ਲਾ ਫਿਰ ਤੂੰ ਹੀ ਮਾੜੀ ਜੀ ਗਰਮੀ ਕਿੱਥੇ ਯਾਰ ਊਂ ਗਰਮੀ ਮੰਨੀ ਜਾਂਦਾ ਗਾ ਕਿੱਥੇ ਆ ਸੂਰਜਾ ਉਹ ਮਰੀ ਜਾਂਦਾ ਝਾਤੀਆਂ ਡੇਕ ਦੇ ਵਿੱਚ ਦੀ ਪੈਪ 'ਤੇ ਸਕਰੂ ਹੁਣੇ ਲਾਉਣ ਤੋਂ ਬਾਅਦ ਹੁਣ ਜਾ ਰਿਹਾ ਉਹ ਉੱਥੇ ਫੀਟਰ ਲਵੇ ਅਤੇ ਉਹਦਾ ਸੇਵਾ ਪਾਣੀ ਚੈੱਕ ਕਰਕੇ ਆਉਣਾ ਤੇਲ ਪਾਣੀ ਅਤੇ ਉਸ ਤੋਂ ਬਾਅਦ ਘੰਟਾ ਕੁ ਰੈਸਟ ਲੈ ਜਾਊਗਾ ਕਿਉਂਕਿ ਸਮਾਂ ਹੋ ਗਿਆ ਦੁਪਹਿਰ 12 ਵਜੇ ਦਾ ਅਤੇ ਲਾਈਟ ਚੱਲੂਗੀ 2 ਵਜੇ ਤੱਕ ਮੋਟਰਾਂ ਵਾਲੀ ਲਾਈਟ ਸਾਨੂੰ ਜਮ੍ਹਾਂ ਹੈ ਡਾਕਟਰ ਦੀਆਂ ਦਵਾਈਆਂ ਵਾਂਗੂ ਲਿਖੀ ਪਈ ਆ ਸੁਬਹਾ ਦੁਪਹਿਰ ਸ਼ਾਮ ਨੂੰ ਜਿਵੇਂ ਡਾਕਟਰ ਕਹਿੰਦਾ ਹੁੰਦਾ 3 ਟਾਈਮ ਲੈਣੀ ਆ ਭਾਈ ਅਤੇ ਸਾਡੀ ਲਾਈਟ ਦਾ ਵੀ ਉਹੀ ਹਾਲ ਆ ਤਿੰਨ ਦਿਨ ਆਉਂਦੀ ਆ ਸੁਬਹਾ 6 ਵਜੇ ਤੋਂ ਫਿਰ 3 ਦਿਨ ਦੁਪਹਿਰੇ 2 ਵਜੇ ਤੋਂ ਆਉਂਦੀ ਆ ਫਿਰ 3 ਦਿਨ ਰਾਤ ਨੂੰ 10 ਵਜੇ ਤੋਂ ਆਉਂਦੀ ਆ ਅਤੇ ਬਸ ਡਾਕਟਰ ਦੀਆਂ ਦਵਾਈਆਂ ਵਾਲਾ ਹਾਲ ਹੀ ਹੈਗਾ ਅਤੇ ਇਹੀ ਚੱਕਰ ਕੱਟਦੇ ਰਹਿੰਦੇ ਜਦੋਂ ਰਾਤ ਨੂੰ ਹੁੰਦੀ ਆ ਤਾਂ ਫਿਰ ਉਦੋਂ ਕੰਮ ਥੋੜ੍ਹਾ ਜਿਹਾ ਔਖਾ ਹੁੰਦਾ ਗਾ ਗੇੜਾ ਫੇੜਾ ਮਾਰਨਾ ਪੈਂਦਾ ਅਤੇ ਪਾਣੀ ਬਦਲਣਾ ਪੈਂਦਾ ਝੋਨੇ ਝਾਨੇ 'ਚੋਂ ਅਤੇ ਇਹ ਕੰਮ ਫਿਰ ਥੋੜ੍ਹਾ ਜਿਹਾ ਔਖਾ ਗਾ ਅਤੇ ਕਿਹਦੇ ਕਿਹਦੇ ਲਾਈਟਾਂ ਆ ਆਉਂਦੀਆਂ ਕਮੈਂਟ ਕਰਕੇ ਦੱਸਿਓ ਫੀਟਰ ਉਹ ਵਧੀਆ ਰਾਜੀ ਖੁਸ਼ੀ ਨੇ ਤੇਲ ਪਾਣੀ ਇਹਨਾਂ ਨੂੰ ਪਿਆ ਤਾ ਅਤੇ ਹੁਣ ਖੋਜਾ ਲਾ ਲਈਏ ਥੋੜ੍ਹਾ ਜਿਹਾ ਅਤੇ ਫੀਟਰ ਦੀ ਸੇਵਾ ਕਰਨ ਤੋਂ ਬਾਅਦ ਹੁਣ ਥੋੜ੍ਹੀ ਰੈਸਟ ਕੀਤੀ ਜਾਊਗੀ ਅਤੇ ਮੈਂ ਤਾਂ ਐਂ ਵੀਡੀਓ ਬਣਾਉਂਦੇ ਨੇ ਭਾਈ ਭਰੋਸਾ ਲਾ ਤਾ ਅਤੇ ਤੁਸੀਂ ਕੋਈ ਵੀ ਇਸ ਤਰ੍ਹਾਂ ਪੰਗਾ ਨਾ ਲਓ ਇਸ ਤਰ੍ਹਾਂ ਰਿਸਕ ਨਹੀਂ ਲੈਣਾ ਚਾਹੀਦਾ ਅਤੇ ਥੋੜ੍ਹਾ ਜਿਹਾ ਤਜਰਬਾ ਹੈਗਾ ਮੇਰਾ ਪਹਿਲਾਂ ਤੋਂ ਬਚਪਨ ਤੋਂ ਇਸ ਦਾ ਅਤੇ ਤਾਂ ਕਰਕੇ ਲਾ ਤਾ ਕਈ ਵਾਰੀ ਕੋਈ ਵੀ ਨਵਾਂ ਬੰਦਾ ਇਸ ਤਰ੍ਹਾਂ ਪੰਗਾ ਨਾ ਲਵੇ ਵੀਡੀਓ ਬਣਾਉਣ ਦਾ ਵੀ ਤਜਰਬਾ ਹੋਵੇ ਅਤੇ ਜਾਂ ਆਪਣਾ ਆਹ ਬਰੋਜੀ ਬਰਾਜੀ ਵਾਲੇ ਕੰਮਾਂ ਦਾ ਵੀ ਤਜਰਬਾ ਹੋਵੇ ਫਿਰ ਥੋੜ੍ਹਾ ਜਿਹਾ ਫਰਕ ਹੁੰਦਾ ਗਾ ਅਤੇ ਕੋਈ ਤਾਂ ਕੋਈ ਨਵਾਂ ਬੰਦਾ ਤੁਰਿਆ ਜਾ ਵੀ ਜਾ ਕੇ ਵੀ ਆਪਾਂ ਵੀ ਵੀਡੀਓ ਬਣਾਵਾਂਗੇ ਅਤੇ ਨਾਲੇ ਵੀ ਬਰੋਜਾ ਲਾਵਾਂਗੇ ਕਿਤੇ ਵੀਡੀਓ ਵਾਲੇ ਪਾਸੇ ਧਿਆਨ ਹੋਵੇ ਅਤੇ ਕੰਮ ਗਲਤ ਹੋ ਜੇ ਤਾਂ ਇਸ ਗੱਲਾਂ ਦਾ ਧਿਆਨ ਰੱਖਿਆ ਕਰੋ ਅਤੇ ਬਾਕੀ ਭਾਈ ਠੰਡਾ ਹੋ ਜਾ ਠੰਡਾ ਅਤੇ ਬਾਹਲਾ ਗਰਮ ਹੋ ਰਿਹਾ ਪਤੰਦਰ ਅੱਜ ਤੜਕੇ ਦੀ ਜਮੀ ਅੱਗੇ ਕੱਢ ਰੱਖੀ ਆ ਸਵੇਰੇ 9 ਵਜੇ ਦੇ ਆਇਆ ਜਮ੍ਹਾਂ ਬੈਠਣ ਦਾ ਮੌਕੇ ਨਹੀਂ ਮਿਲਿਆ ਅਤੇ ਐਂ ਜੇ ਲੱਗਦਾ ਸੀਗਾ ਥੋੜ੍ਹਾ ਜਿਹਾ ਕੰਮ ਆ ਹੁਣ ਮੰਗਾ ਦਿੰਦੇ ਹਾਂ ਜਾ ਕੇ ਅਤੇ ਕਦੇ ਢੋਲੀ ਕਦੇ ਕਹੀ ਨੱਕਾ ਕਦੇ ਸਕਰੂ ਅਤੇ 2 ਕਿੱਲਿਆਂ 'ਚ ਸਪਰੇ ਉੱਤੇ ਮਾਰਨੀ ਸੀਗੀ ਅਤੇ 5 ਕਿੱਲਿਆਂ ਦੇ ਆਸ ਪਾਸ ਗੇੜਾ ਦੇਣਾ ਸੀ ਜਿਹੜਾ ਮਿੱਟੀ ਵਾਲਾ ਆਪਾਂ ਸੁੰਡ ਹੁੰਦਾ ਜਾਂ ਸੁੰਡੀ ਆਪਣੀ ਥੱਲੋਂ ਰੇਗ ਵਾਲੇ ਥਾਂ ਕੁਤਰਨੀ ਲੱਗ ਜਾਂਦੀ ਆ ਉਹ ਅਤੇ ਸਮਾਂ 12 ਵੱਜ ਕੇ ਸੂਰਜ ਸਿਖਰ ਦੁਪਹਿਰ ਉੱਤੇ ਆ ਗਿਆ
ਇਹ ਹਲੇ ਕੰਮ ਰਹਿੰਦਾ ਆਪਣਾ ਤੇ ਅੱਜ ਘਰੇ ਹੀ ਆ ਕੇ ਨੀਰਾ ਚਾਰਾ ਪਾਉਣਾ ਤੇ ਗੱਗੂ ਹੋਰੇ ਭਾਈ ਹੋ ਗਏ ਲੰਮ ਲੇਟ ਕਿ ਆਪਾਂ ਇੱਥੇ ਨਹਾਈ ਧੋਈ ਕਰਦੇ ਹਾਂ ਥੋੜ੍ਹਾ ਟਾਈਮ ਨੂੰ ਸਮਾਂ ਦੁਪਹਿਰ ਦਾ ਪੌਣੇ ਇੱਕ ਤੇ ਗਰਮੀ ਵੀ ਪੂਰੀ ਚਿੱਬ ਗੱਡਾ ਥੋੜ੍ਹਾ ਜਿਹਾ ਹਵਾ ਦਾ ਬੁੱਲਾ ਆਇਆ ਰਾਤ ਕੀ ਸਾਂਸ ਮਿਲਤੀ ਹੋਈ ਅਤੇ ਇੱਧਰ ਗੱਗੂ ਸਾਡਾ ਆਹ ਪਿਆ ਲੰਮ ਲੇਟ ਹੋਇਆ ਅਤੇ ਦਾਸ ਵੀ ਹੁਣ ਇੱਥੇ 20 ਕੁ ਮਿੰਟ ਰੈਸਟ ਕਰਨਗੇ ਅਤੇ ਫਿਰ 1 ਵਜੇ ਦੇ ਆਸ ਪਾਸ ਉੱਧਰਲਾ ਕਿਆਰਾ ਚੇਂਜ ਕਰਨਾ ਆਪਣੇ ਡੱਬਰ 'ਚੋਂ ਪਾਣੀ ਬਦਲਣਾ ਅਤੇ ਉਸ ਤੋਂ ਬਾਅਦ ਆਪਣੀ ਢੋਲੀ ਫਿਰ ਤਿਆਰ ਪਈ ਆ ਇੱਕ ਢੋਲੀ ਰਹਿ ਗਈ ਆ ਛਿੜਕਣ ਵਾਲੀ ਉਸ ਕਿਆਰੇ 'ਚ ਅਤੇ ਉਸ ਤੋਂ ਬਾਅਦ ਦੀ ਬਣਦੀ ਡਿਊਟੀ ਤੁਹਾਨੂੰ ਦੱਸਦੇ ਹਾਂ ਫਿਰ ਆਹ ਜਿਹੜਾ ਸਮਾਂ ਹੁੰਦਾ ਨਾ ਦੁਪਹਿਰ 12 ਵਜੇ ਤੋਂ 3 ਵਜੇ ਦੇ ਵਿੱਚ ਦਾ ਇਹ ਪੂਰਾ ਵਧੀਆ ਸਮਾਂ ਹੁੰਦਾ ਗਾ ਸਪਰੇਅ ਸ਼ੁਰੂ ਕਰਨ ਦਾ ਜਾਂ ਕੰਮ ਕਰਨ ਦਾ ਪੂਰੀ ਅੱਗ ਨਿਕਲੀ ਹੋਈ ਆ ਅਤੇ ਗੱਲਬਾਤ ਇਹ ਆ ਕਿ ਬਾਣ ਇਹ ਭਰ ਗਿਆ ਸੀਗਾ ਅਤੇ ਉਹ ਉਤਲੇ ਕਿੱਲੇ 'ਚ ਉੱਥੇ ਛੱਡ ਰੱਖੀ ਆ ਮੋਟਰ ਅਤੇ 1:50 ਹੋ ਗਿਆ ਟਾਈਮ ਅਤੇ 2 ਵਜੇ ਲਾਈਟ ਜਾਊਗੀ ਉਸ ਤੋਂ ਬਾਅਦ ਮੈਂ ਘਰ ਜਾਣਾ ਆ ਤਾਂ ਕਰਕੇ ਜਿਹੜੀ ਆ 1 ਅੱਧੀ ਢੋਲੀ ਜੀ ਰਹਿ ਗਈ ਸੀਗੀ ਸਪਰੇਅ ਕਰਨ ਵਾਲੀ ਅਤੇ ਮੈਂ ਕਿਹਾ ਕੰਮ ਮੁਕਾਈ ਜਾਈਏ ਘਰੇ ਫਿਰ ਨੀਰਾ ਚਾਰਾ ਪਾਉਣ ਵਾਲਾ ਹੈ ਨਹੀਂ ਆ ਕੋਈ ਤਾਂ ਕਰਕੇ ਅਤੇ ਜਾਣਾ ਹੀ ਪਊਗਾ ਨਹੀਂ ਤਾਂ ਦੁਪਹਿਰ ਬਾਅਦ ਕਰ ਦਿੰਦਾ ਜਿਹੜੀ 1 ਅੱਧੀ ਢੋਲੀ ਸੀਗੀ ਅਤੇ ਹੁਣ ਕੰਮ ਆਇਆ ਸਲੋਟ ਅਤੇ ਫਿਰ ਦੁਪਹਿਰਾ ਅਤੇ ਚੌਲ ਹੀ ਚੌਲ ਚਾਰ ਸਵੇਰੇ ਅਤੇ ਇੱਥੇ ਸਾਰੇ ਨਰਮਾ ਹੀ ਨਰਮਾ ਹੁੰਦਾ ਸੀਗਾ ਅਤੇ ਇਸ ਵਾਰ ਇਹ ਸਾਡਾ ਚੌਲਾਂ ਵਾਲਾ ਏਰੀਆ ਬਣ ਗਿਆ ਸਾਰਾ ਅਤੇ ਚੌਲ ਵੀ ਚੰਗੇ ਹੋ ਜਾਂਦੇ ਸੀ ਪਹਿਲਾਂ ਵੀ ਸੁੱਖ ਨਾਲ ਅਤੇ ਬਸ ਗੱਲ ਇਹ ਸੀਗੀ ਕਿ ਸਾਨੂੰ ਨਰਮਾ ਕਰਨਾ ਵਧੀਆ ਲੱਗਦਾ ਸੀ ਸੌਖਾ ਲੱਗਦਾ ਸੀਗਾ ਅਤੇ ਨਰਮੇ 'ਤੇ ਜ਼ਿਆਦਾ ਖੇਚਲ ਨਹੀਂ ਲੱਗਦੀ ਸੀ ਸਾਨੂੰ ਅਤੇ 15-20 ਦਿਨਾਂ ਤੋਂ ਕਦੇ ਮਹੀਨੇ ਤੋਂ ਪਾਣੀ ਲਾਉਣਾ ਪੈਂਦਾ ਸੀ ਉਹਨੂੰ ਤਾਂ 1-2 ਪਾਣੀ ਤਾਂ ਰੱਬ ਹੀ ਲਾ ਜਾਂਦਾ ਸੀ ਅਤੇ ਬਾਕੀ ਆਪਣੀ ਸਪਰੇਅ ਹੋ ਗਈ ਕੰਪਲੀਟ ਅਤੇ ਲਾਈਟ ਜ਼ਿਆਦਾ ਭੱਜ ਗਈ ਅਤੇ ਫਿਰ ਆਪਾਂ ਵੀ ਕੂਚ ਕਰ ਜਾਏ ਘਰਾਂ ਨੂੰ ਆਹ ਪਿਆ ਸਾਡਾ ਸ਼ੇਰ ਵੱਗਾ ਮਜ਼ਾ ਵਾਲਾ ਪਾਸਾ ਮਾਰ ਲਿਆ ਹੋਵੇ ਹੁਣ ਬਸ ਢੋਲੀ ਦਾ ਖੜਕਾ ਖੁੜਕਾ ਜਿਹਾ ਹੋਇਆ ਜਦੋਂ ਇੱਥੇ ਆਏ ਆਪਾਂ ਹੁਣ ਮਾੜਾ ਜਿਹਾ ਹੱਲਿਆ ਉੱਠੋ ਭਾਈ ਸਾਹਿਬ 2 ਵੱਜਣ ਵਾਲੇ ਆ ਲਾਈਟ ਵਾਲੇ ਚੱਲ ਰਹੀ ਆ ਮੋਟਰ ਬਸ ਚੰਦ ਮਿੰਟਾਂ ਦੇ ਦੌਰਾਨ ਜਾਣ ਵਾਲੀ ਆ ਲਾਈਟ ਅਤੇ ਉਸ ਤੋਂ ਬਾਅਦ ਨੱਕੇ ਨੁੱਕੇ ਬੰਦ ਕਰਕੇ ਘਰਾਂ ਨੂੰ ਹੁੰਦੇ ਆ ਰਵਾਨਾ ਫਿਰ ਉੱਠ ਖੜ ਉਹਨੇ ਪਾਣੀ ਪੂਣੀ ਪੀ ਲਿਆ ਐਕਟਿਵ ਹੋ ਜਾਂਦਾ ਲਾਈਟ ਚਲੀ ਗਈ ਆ ਪੂਰੇ 2 ਵਜੇ ਅਤੇ ਲਾਈਟ ਆਉਣ ਵੇਲੇ ਤਾਂ ਲੇਟ ਆਉਂਦੀ ਆ 10-11 ਮਿੰਟ ਅਤੇ ਜਦੋਂ ਇਹਨਾਂ ਨੇ ਕੱਟਣੀ ਹੁੰਦੀ ਆ ਉਦੋਂ ਪੂਰੇ ਟਾਈਮ 'ਤੇ ਕੱਟਦੇ ਜਮ੍ਹਾਂ 1 ਮਿੰਟ ਵੀ ਨਹੀਂ ਲੇਟ ਆਉਣ ਦਿੰਦੇ ਅਤੇ ਨੱਕੇ ਆਪਣੇ ਬੰਦ ਕਰਤੇ ਆ ਨੱਕੇ ਕਦੇ ਵੀ ਛੱਡ ਕੇ ਨਹੀਂ ਜਾਂਦਾ ਮੈਂ ਖੇਤ ਅਤੇ ਮੇਨ ਗੱਲ ਇਹ ਆ ਕਿ ਆਪਣਾ ਜਿਹੜੇ ਖਾਲ ਹੁੰਦਾ ਅਤੇ ਆਪਣਾ ਪਾਣੀ ਸੁੱਕੀ ਜਾਂਦਾ ਹੁੰਦਾ ਕਿਆਰੇ ਦਾ ਪਾਣੀ ਵਾਪਸ ਆ ਖਾਲ 'ਚ ਆ ਜਾਂਦਾ ਹੁੰਦਾ ਅਤੇ ਸਮਾਂ ਭਾਈ ਦੁਪਹਿਰ ਦੇ 2:30 ਵਜਣ ਵਾਲੇ ਹੋ ਗਏ ਆ ਅਤੇ ਗੱਗੂ ਨੂੰ ਉਠਾਉਣਾ ਫਿਰ ਚੱਲਦੇ ਹਾਂ ਘਰਾਂ ਨੂੰ ਆਪਾਂ ਗੱਗੂ ਉਹ ਸ਼ੇਰ ਵੱਗਿਆ ਉੱਠ ਫਿਰ ਚੱਲੀਏ ਘਰਾਂ ਨੂੰ ਪੀ ਲਾ ਪਾਣੀ ਅਵਸ਼ 2:30 ਵਜ ਗਏ ਸਮਾਨ ਹੀ ਬਹੁਤ ਹੋ ਗਿਆ ਆਪਣੇ ਕੋਲ ਆਹ ਕਾਫੜੀ ਚੱਲ ਬਈ ਮਾਰ ਕੇ ਟਿੱਕਾ ਯੋ ਅਤੇ ਨਿਕਲ ਪਏ ਭਾਈ ਆਪਾਂ ਨੀਰਾ ਚਾਰਾ ਪਾ ਕੇ ਜਿੰਮ ਵਾਸਤੇ ਅਤੇ ਆਪਣਾ ਤਾਊ ਬੈਠਾ ਗਵਾਂਢੀ ਬਾਹਰ ਕੇ ਡਿਊਟੀ ਲਾਈ ਅਤੇ ਕਰ ਰਿਹਾ ਇੰਜੋਏ ਭਾਈ ਸੜਕ 'ਤੇ ਆਉਂਦੀਆਂ ਜਾਂਦੀਆਂ ਚੀਜ਼ਾਂ ਨੂੰ ਅਤੇ ਹੋਰ ਤਾਇਆ ਘੈਂਟਾ ਉਹ ਤਾਇਆ ਸੂ ਤਾਂ ਚੱਲ ਸੂ ਹੈਂ ਨਰਮੇ ਦਾ ਬਸ ਰਾਮ ਨਾਮ ਸਾਥੀ ਆ ਬਾਹ ਦਾ ਸੀ ਝੋਨਾ ਲਾਤਾ ਹਾਂ ਅਤੇ ਇੱਧਰ ਭਾਈ ਲਵਲੀ ਮੰਦ ਮੁਸਕਰਾ ਰਹੇ ਨੇ ਭਾਈ ਸਾਹਿਬ ਕਹਿੰਦੇ ਤਾਏ ਦੀ ਵੀਡੀਓ ਬਣਾਈ ਜਾਂਦਾ ਖੜਾ ਤਾਇਆ ਬਲੌਗ ਇੱਥੇ ਪੂਰਾ ਕਰ ਦਿੰਦਾ ਤੇਰਾ ਸਰ ਨਹੀਂ ਤਾਏ ਨੇ ਵਾਲੀ ਕੋਈ ਗੱਲ ਕਰੀ ਨਹੀਂ ਆ ਅਤੇ ਮੋਸ਼ਨ ਨਹੀਂ ਸੀਗਾ ਨਹੀਂ ਤਾਇਆ ਨਹੀਂ ਪਤਾ ਕੋਈ ਸਟੋਰੀ ਛਿੜ ਕੇ ਬੈਠ ਜਾਂਦਾ ਅਤੇ ਭਾਈ ਚੱਲ ਪਿਆ ਜਿੰਮ ਨੂੰ ਨੀਰਾ ਚਾਰਾ ਪਾ ਕੇ ਅਤੇ ਨਿੱਕੇ ਮੋਟੇ ਘਰ ਦੇ ਕੰਮ ਮੁਕਾ ਕੇ ਅਤੇ ਪਿੱਛੇ ਸੜਕ ਆਪਣੀ ਵਾਧੂ ਵਗਦੀ ਰਹਿੰਦੀ ਆ ਸਿੱਧਾ ਬਠਿੰਡਾ ਤੂ ਸਰਦੂਗੜ੍ਹ ਰੋਡ ਅਤੇ ਅੱਗੇ ਛੱਪੜ ਦਾ ਵਿਊ ਅਤੇ ਛੱਪੜ ਸਾਹਿਬ ਅੱਜ ਕੱਲ੍ਹ ਬਈ ਬਿਲਕੁਲ ਖਾਲੀ ਰਹਿੰਦੇ ਨੇ ਕਿਉਂਕਿ ਜਿਹੜੇ ਮੱਝਾਂ ਨੂੰ ਧੱਫੜਾ ਵਗੈਰਾ ਦੀਆਂ ਕੋਈ ਬਿਮਾਰੀਆਂ ਜਿਹੜੀਆਂ ਇਹ ਚੱਲੀਆਂ ਹੋਈਆਂ ਨੇ ਅਤੇ ਉਹਨਾਂ ਦੇ ਕਰਕੇ ਮੱਝਾਂ ਨਹੀਂ ਛੱਡ ਰਿਹਾ ਕੋਈ ਅਤੇ ਨਹੀਂ ਛੱਡ ਰਿਹਾ ਭਾਈ ਕੋਈ ਚੱਲਿਆ ਚੱਲ ਚੰਗਾ ਫਿਰ ਮਿਲਦੇ ਹਾਂ ਬ੍ਰੇਕ ਤੋਂ ਬਾਅਦ
तो अपना हो गया समा जिम की ड्यूटी का, तो आप जी का ब्लॉग आप इतनी समाप्त करते हैं। तो सूरज साहब थोड़ा जहा ठंडे हो गए सवेरे तो कही जाते, तो पिछे माहौल थोड़ा जहाँ लगता मौसम कि मीह आने वाला गा, मतलब घट जी बनी जाती है। तो फिर समाप्ति अज के अपने रंगारंग प्रोग्राम की, तो उम्मीद करते हैं तुम्हें वधिया लगे, वधिया लगे लाइक जरूर करो वीर बनके चैनल, तो पहली बार हो चैनल सबसक्राइब जरूर कर लियो। तो मिलते हैं कल नवे ब्लॉग के नाल। सत श्री अकाल जी सारिआं नूं।